ਤੇ ਆਪਾਂ 3v2 ਬਾਰੇ ਜਾਨਣਾ ਚਾਹੁੰਦੇ ਹਾਂ, ਤੁਸੀਂ ਥੋੜਾ ਐਕਸਪਲੇਨ ਕਰੋ। ਬੇਸਿਕਲੀ ਤਾਂ ਵੀਰੇ ਇਹ ਕਹਿ ਲਓ ਬੈਚਲਰਾਂ ਦੀ ਮਾਰਕੀਟ ਹੈ, ਜਿਹੜੇ ਵਿਹਲੇ ਆ ਜਾਂ ਜੀ ਨਹੀਂ ਲੱਗਦਾ ਜਿਹਨਾਂ ਖੇਡ ਮਤਲਬ ਕਿ ਤੁਹਾਡੇ ਟੁੱਟਿਆ ਉਹ ਬੰਦੇ ਇੱਥੇ ਆ ਜਾਂਦੇ ਆ। ਤੇ ਭਾਈ ਉਹਨਾਂ ਦੇ ਵਿੱਚੋਂ ਤੁਹਾਨੂੰ ਜੇ ਆਪਾਂ ਦੇਖੀਏ ਅੱਜ ਤੱਕ ਤੁਹਾਨੂੰ ਨਾਲ ਪਿਆਰ ਕਿਹਨੂੰ ਹੋਇਆ, ਕਿਹੜੇ ਨੰਬਰ ਵਾਲੀ ਨੂੰ? ਸਾਰੀਆਂ ਨਾਲੇ ਸੀ ਵੀਰੇ, ਮਤਲਬ ਹੈ ਦੱਸ ਦੱਸ ਸੀ ਵਿਆਹ ਨਹੀਂ ਕਰਾਉਣਾ, ਚਿੱਲ ਕਰਨਾ ਜ਼ਿੰਦਗੀ ਚ ਬਸ। ਨੋ ਮੈਰਿਜ ਕਰਾ ਲਓ ਯਾਰ, ਕਰਾਉਣਾ ਵੀ ਠੀਕ ਹੈ, ਨਹੀਂ ਵੀ ਫਿਰ ਉਹੀ ਉਹੀ ਕੰਮ ਹੈ, ਲੱਡੂ ਜਿਹਨੇ ਖਾਧਾ ਉਹੀ ਫਿਰ ਠੀਕ ਹੈ, ਖੁਸ਼ ਹੈ ਜਿਹਨੇ ਨਹੀਂ ਖਾਧਾ ਉਹ ਫਿਰ ਨਹੀਂ ਵੀ। ਮਿਲੀ ਨਹੀਂ ਹਾਲੇ ਤੱਕ, ਬਸ ਕਈ ਕਰੀ ਕਿਸਮਤ ਇੰਨੀ ਤੇਜ਼ ਹੈ ਨਹੀਂ ਫਿਰ ਕਰਾ ਵੀ ਨਾ, ਕਿਉਂ ਜਿਹਨੇ ਸੁਖੀ ਬਦਲਣਾ। ਜੜਾ ਚ ਕੋਣ ਬੈਠਾ ਭਾਈ? ਜੜਾ ਜੀ ਤਾਂ ਵੀ ਆਸਟ੍ਰੇਲੀਆ ਹੀ ਬੈਠ ਜਾਂਦਾ ਹੈ, ਆਸਟ੍ਰੇਲੀਆ ਬੈਠਾ ਹੈ। ਤੇ ਭਾਈ ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ, ਪਰੇ ਆਪਣਾ ਨਾਮ? ਅਰਮਾਨ ਸਿੰਘ ਵੀਰੇ। ਅਰਮਾਨ ਸਿੰਘ ਸ਼ੇਰ, ਸਿਮਰਜੀਤ ਸਿੰਘ, ਰੋਹਿਤ। ਤੇ ਭਾਈ ਕੀ ਕਰਦੇ ਕੀ ਆਪਾਂ ਵੈਸੇ? ਮੈਂ ਵੀ ਪਲੱਸ 2 ਜਾਏ, ਪਲੱਸ 2 ਜਾਏ ਆਪਾਂ ਵਿਲੇ ਵੀਰੇ, ਤੇ ਕੰਮ ਛੱਡੀ ਨਾ ਵੀਰੇ ਇਹ ਲੱਭਦਾ ਨਹੀਂ ਵਿਲੇ ਵਿਲੇ ਭਾਈ ਸੇਮ ਹੈ ਭਾਈ ਭਾਈ ਤੁਸੀਂ ਵੀ ਕੰਮ ਛੱਡੇ ਹੋ ਨਾ ਇਹ ਭਾਈ ਜਿਹੜਾ ਆਪਣਾ ਕੰਮ ਜੁਗਤੀ ਪੁਸ਼ਤੀ ਦਾ ਨਹੀਂ ਇਹ ਭਾਈ ਦੇਖੋ 6 ਦਿਨ ਵਿਲੇ 7ਵੇਂ ਦਿਨ ਤੇ ਛੁੱਟੀ ਹੁੰਦੀ ਆਪਾਂ ਦੀ, ਉਹ ਵਾਲਾ ਕੰਮ ਆਪਣਾ ਭਾਈ ਬਿਲਕੁਲ ਵੀ ਛੱਡੇ ਹੋ ਨਾ, ਠੀਕ ਹੈ ਇਹ ਕੰਮ ਕਿਤੇ ਮੋਸਟਲੀ ਮਿਲਦਾ ਨਹੀਂ ਹੈ। ਕੋਈ ਕਿਸਮਤ ਹੀ ਹੁੰਦੀ ਹੈ ਕਿਸੇ ਦੀ, ਹੈ ਜਿੱਦਾਂ ਮੈਂ ਲਿਖਾ ਕੇ ਆਏ ਆ ਉੱਪਰ ਤੇ ਭਾਈ ਮੈਂ ਕਹਿੰਦਾ ਆਪਣੇ ਬਜ਼ੁਰਗ ਕੀ ਕੰਮ ਕਰਦੀ ਭਾਈ ਪਿੱਛੇ? ਮੇਰੇ ਮੰਮੀ ਡੈਡੀ, ਹਾਂ ਜੀ ਜਿਹੜਾ ਫਾਦਰ ਹੈ ਪਿੱਛੇ ਉਹ ਤਾਂ ਚਲੋ ਹੁਣ ਜਿਆਦਾ ਪਹਿਲਾਂ ਲੇਬਰ ਲੂਬਰ ਕਰਦੇ ਹੁਣੇ, ਹੁਣ ਇਦਾਂ ਪਤਾ ਨਹੀਂ ਹੁਣ ਸਾਨੂੰ ਤਾਂ ਇੰਨਾ ਜ਼ਿਆਦਾ ਸ਼ਾਇਦ ਤੁਹਾਡਾ ਕੰਮ ਜਦੀ ਪੁਸ਼ਤੀ ਹੋਵੇ ਆਪਣੇ ਬਾਰੇ ਖੇਤੀਬਾੜੀ ਦੇ ਵਿੱਚ। ਅੱਜ ਤੇ ਭਾਈ ਆਪਾਂ 3v2 ਦੇ ਵਿੱਚ ਘੁੰਮਦੇ ਆ, ਆਪਾਂ ਕਿੰਨਾ ਟਾਈਮ ਹੋ ਗਿਆ ਵੀਰੇ ਆਪਾਂ ਚੰਡੀਗੜ੍ਹ? ਵੀਰੇ ਇੱਥੇ ਲੋਕਲ ਹੀ ਆ ਅਸੀਂ, ਮੋਹਾਲੀ ਤੋਂ ਹੀ ਆ। ਹਾਂਜੀ ਹਾਂਜੀ, ਲੋਕਲ ਹੀ ਮੋਹਾਲੀ, ਖੇਤ ਖੁਦ ਆਪਣੇ ਇੱਥੇ ਨੇ ਮੋਹਾਲੀ? ਹਾਂਜੀ ਹਾਂਜੀ ਇੱਥੇ ਭਾਈ, ਕਰੋੜਾਪਤੀ ਬੰਦੇ ਸਾਡੇ ਸਾਹਮਣੇ ਬੈਠੇ ਨੇ, ਤੇ ਪਹਿਲਾਂ ਵਿਲੇ ਹੋਲੇ ਕਿੰਨੀ ਵੇਚ ਤੇ ਗਏ ਅੱਜ ਤਾਂ 7-7 ਜੇ ਵਿਲੇ ਹੋਲੇ, ਉਹ ਕਹਿੰਦੇ ਤਾਂ ਲੱਖਾਂ ਚ ਦੇ ਕਰੋੜਾਂ ਚ ਨਹੀਂ। ਆਏ ਆ ਕੀ ਬਾਤ ਹੈ ਪੂਰੀ ਯਾਰ ਜਲਦੀ। ਤੇ ਭਾਈ ਆਪਾਂ 3v2 ਦੇ ਵਿੱਚ, ਆਪਾਂ ਨੋਰਮਲੀ ਬੰਦੇ 3v2 ਦੇ ਵਿੱਚ ਬਹੁਤ ਆਉਂਦੇ ਨੇ ਇਸ ਟਾਈਮ, ਰਾਈਟ? ਤੇ ਆਪਾਂ 3v2 ਬਾਰੇ ਜਾਨਣਾ ਚਾਹੁੰਦੇ ਹਾਂ, ਤੁਸੀਂ ਥੋੜਾ ਐਕਸਪਲੇਨ ਕਰੋ। ਬੇਸਿਕਲੀ ਤਾਂ ਵੀਰੇ ਇਹ ਕਹਿ ਲਓ ਬੈਚਲਰਾਂ ਦੀ ਮਾਰਕੀਟ ਹੈ, ਜਿਹੜੇ ਵਿਹਲੇ ਆ ਜਾਂ ਜੀ ਨਹੀਂ ਲੱਗਦਾ ਜਿਹਨਾਂ ਦਾ ਮਤਲਬ ਕਿ ਤੁਹਾਡੇ ਟੁੱਟਿਆ ਉਹ ਬੰਦੇ ਇੱਥੇ ਆ ਜਾਂਦੇ ਆ ਤੇ ਦੋ ਘੜੀ ਆ ਕੇ ਮਨੋਰੰਜਨ ਕਰ ਲੈਂਦੇ ਆ, ਫੇ ਗੱਲਾਂ ਬਾਤਾਂ ਕਰ ਲੈਂਦੇ ਆ, ਆਊਟਿੰਗ ਹੋ ਜਾਂਦੀ ਹੈ, ਇਹ ਨਹੀਂ ਤਾਂ ਟੈਨਸ਼ਨ ਨਹੀਂ ਹੈ ਵੀਰੇ ਤੁਹਾਨੂੰ ਪਤਾ। ਭਾਈ ਤੁਸੀਂ ਮੈਰਿਡ ਹੋ? ਨਹੀਂ ਵੀਰੇ ਸਿੰਗਲ ਹੈ। ਸਿੰਗਲ ਹੋ ਵੀਰੇ, ਮਤਲਬ ਗਰਲਫ੍ਰੈਂਡ? ਗਰਲਫ੍ਰੈਂਡ ਨਹੀਂ ਵੀਰੇ, ਨਹੀਂ। ਦਿਲ ਟੁੱਟਿਆ ਲੱਗਦਾ ਤਾਜ਼ਾ ਤਾਜ਼ਾ? ਨਹੀਂ ਨਹੀਂ ਵੀਰੇ, ਦਿਲ ਤੇ ਮੇਰੇ ਕੋਈ ਕਹਾਣੀ ਕੋਣੀ ਸੁਣਾਓ ਫਿਰ ਭਾਈ, ਕਿਉਂ ਦਿਲ ਟੁੱਟਿਆ, ਕਿੱਦਾਂ ਟੁੱਟਿਆ? ਨਹੀਂ ਨਹੀਂ ਵੀਰੇ, ਦਿਲ ਇਹਦਾ ਮੁੰਡੇ ਦਾ ਟੁੱਟਿਆ ਤਾਂ ਜਾਏ, ਨਹੀਂ ਮੇਰਾ ਵੀਰੇ ਤੇਰੇ ਤੇ ਆਵਾਂਗੇ ਭਾਈ ਆਪਾਂ। ਤੇ ਭਾਈ ਕੋਈ ਕਹਾਣੀ ਦੱਸੋ ਵੀਰੇ, ਕਿਉਂ ਕੀ ਹੋਇਆ? ਆਪਾਂ ਕੁੜੀ ਦੇ ਚੱਕੇ ਚ ਪਏ ਨਹੀਂ ਹੈਗੇ, ਜਸ ਇੰਨਾ ਪੋਲਾ ਚਿਹਰਾ ਨਹੀਂ ਹੈ ਤੇਰਾ, ਇੰਨਾ ਪੋਲਾ ਕਾਕਾ ਨਹੀਂ ਹੈ ਮੇਰਾ, ਇਹ ਆਪਣੇ ਨਾਲੇ ਰਹਿੰਦੇ ਨੇ 24 ਘੰਟੇ ਭਾਈ। ਉਹਨਾਂ ਨੇ ਦੱਸਿਆ ਮੈਨੂੰ ਦਿਲ ਟੁੱਟਿਆ ਇਹਦਾ? ਨਹੀਂ ਦੱਸਿਆ, ਦੱਸਦੇ ਹੁਣ ਯਾਰ ਕੁੜੀ ਦੇ ਚੱਕੇ ਚ ਪਈ ਨਹੀਂ। ਅਰਸ਼ ਦੀ ਗੱਲ ਕਰਦਾ ਜੀ, ਦੱਸਦੇ ਹਰਸ਼ ਕੋਲ ਉਹਨੇ ਤਾਂ ਗੱਲ ਕਰਦਾ 5 ਮਿੰਟ ਪਹਿਲਾਂ, ਇਹ ਅਸ਼ਮੀ ਤੇ ਡਰਦਾ ਹੀ ਆ ਭੇਜੀ ਕਰਦਾ ਲੰਕਾ ਵੇ ਕਰਦਾ ਵੀ ਦੀ ਜਾਂਦਾ ਹੁੰਦਾ ਭਾਈ। ਇਹ ਹੁਣ ਇੱਥੇ ਭਾਈ ਪੂਰਾ ਪ੍ਰਬੰਧ ਹੋ ਗਿਆ ਕੁੱਟ ਪੈਣ ਦਾ ਭਾਈ, ਹੁਣ ਹੁਣ ਤਾਂ ਭਾਈ ਦੱਸਣਾ ਹੋਊਗਾ, ਮੈਂ ਕੈਮਰਾ ਨਹੀਂ ਬੰਦ ਕਰਨ ਦੇ ਲਈ ਜਾਂਦਾ ਨਹੀਂ। ਮੈਂ ਹੁਣ ਤੱਕ ਕੀ ਸਕੋਰ ਆ ਵੀਰੇ ਆਪਣਾ? ਇਹ ਤਾਂ ਸਚਿਨ ਵਾਲਾ ਨੰਬਰ ਚ ਕੀ ਵਰਦਾ ਦੱਸ, ਜਿੰਨਿਆਂ ਸਾਨੂੰ ਦੱਸਿਆ ਬਾਕੀ ਨਹੀਂ ਸਾਨੂੰ ਉਹ ਨਹੀਂ ਪਤਾ ਹੈਗਾ। ਨਹੀਂ ਭਾਈ ਦੱਸਾਂ ਤੋ, ਜਿੱਦਾਂ ਆਪਾਂ ਕਹਿ ਰਹੇ ਨੇ ਵੀਰ ਜੀ 10 ਗਰਲਫ੍ਰੈਂਡ ਰਹਿ ਚੁੱਕੀ ਆ ਬਾਈ ਜੀ ਦੀ, ਤੇ ਯਕੀਨ ਰਹੇ ਮੈਨੂੰ ਹੈ ਤੁਹਾਡੀ ਸ਼ਕਲ ਦੇਖ ਕੇ। ਤੇ ਭਾਈ ਉਹਨਾਂ ਦੇ ਵਿੱਚੋਂ ਤੁਹਾਨੂੰ ਜੇ ਆਪਾਂ ਦੇਖੀਏ ਅੱਜ ਤੱਕ ਤੁਹਾਡੇ ਨਾਲ ਪਿਆਰ ਕਿਹਨੂੰ ਹੋਇਆ, ਕਿਹੜੇ ਨੰਬਰ ਵਾਲੀ ਨੂੰ? ਬਿਲਕੁਲ ਹੀ ਛੱਡੇ ਰਹਿਣਾ ਭਾਈ, 40 ਸਾਲ ਤੋਂ ਮਿਲਣੀ ਵੀ ਨਹੀਂ ਕੋਈ ਗੱਲ ਨਹੀਂ, ਆਪੇ ਆ ਜਾਣੀਆਂ। ਤੁਹਾਡਾ ਕੀ ਖਿਆਲ ਹੈ ਵੀਰੇ ਵਿਆਹ? ਵਿਆਹ ਤਾਂ ਵੀਰੇ ਚਲੋ ਟਾਈਮਲੀ ਬੰਦਾ ਕਰਾ ਲੇ ਫਿਰ ਸਹੀ ਗੱਲ ਹੈ, ਮਿਲਦੀ ਵੀ ਹੈ ਨਹੀਂ ਤੇ ਜ਼ਰੂਰੀ ਹੈ ਵਿਆਹ। ਸਲਮਾਨ ਖਾਨ ਵਾਲਾ ਹਾਲ ਹੁੰਦਾ ਵੀਰੇ? ਸਲਮਾਨ ਖਾਨ ਨੂੰ ਤਾਂ ਉਦਾਂ ਚਲੋ ਬਹੁਤ ਕੁਛ ਹੈ, ਪਰ ਜਿਹੜੇ ਨਾਰਮਲ ਬੰਦਾ ਉਹਦਾ ਤਾਂ ਫਿਰ ਔਖਾ ਹੀ ਹੋ ਜਾਂਦਾ। ਬਿਲਕੁਲ, ਤੁਸੀਂ ਕੀ ਕਹਿਣਾ ਚਾਹੋਗੇ ਵੀਰੇ ਇਸ ਬਾਰੇ?
ਬਈ ਵਿਆਹ ਕਰਾ ਲਓ ਯਾਰ, ਕਰਾਣਾ ਵੀ ਠੀਕ ਹੈ, ਨਹੀਂ ਵੀ ਫਿਰ ਉਹੀ ਉਹੀ ਕੰਮ ਹੈ, ਲੱਡੂ ਜਿਹਨੇ ਖਾਧਾ ਉਹ ਵੀ ਫਿਰ ਠੀਕ ਹੈ, ਖੁਸ਼ ਹੈ ਜਿਹਨੇ ਨਹੀਂ ਖਾਧਾ ਉਹ ਫਿਰ ਨਹੀਂ ਵੀ ਫਿਰ ਉਹ ਜ਼ਿਆਦਾ ਪਛਤਾਉਂਦਾ, ਪਹਿਲਾਂ ਪਹਿਲਾਂ ਸੁੱਖ ਰਹਿੰਦਾ ਬਾਅਦ ਚੋਂ ਜ਼ਿਆਦਾ ਪਛਤਾਉਂਦਾ। ਔਖਾ ਬਹੁਤ ਔਖਾ ਹੈ ਮਤਲਬ ਇਹ ਗੱਲ ਨੂੰ ਬਾਈ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਨਾਮ ਆ ਵੀਰੇ ਆਪਣਾ? ਜਗਦੀਪ ਸਿੰਘ। ਹਾਂਜੀ ਜਗਦੀਪ ਸਿੰਘ, ਜਗਦੀਪ ਸਿੰਘ ਵੀਰੇ, ਤੇ ਵੀਰੇ ਕੀ ਕਹਿਣਾ ਚਾਹੋਗੇ ਵਿਆਹ ਰੇ ਵੀਰੇ? ਵਿਆਹ ਦਾ ਵੀਰੇ ਫੁੱਦੂ ਹੈ ਕੰਮ ਹੈ ਜੀ, ਮੈਰਿਡ ਹੈ ਬਾਈ। ਦੇਖੋ ਉਹ ਹਾਂ ਡਾਂਡ ਦੇ ਜਿੰਨੀ ਆਵਾਜ਼ ਡਾ ਲਈ ਹੈ ਨਾ ਵੀਰੇ, ਮੈਰਿਡ ਹੋ? ਨਹੀਂ ਨਹੀਂ ਸਿੰਗਲ ਹੈ। ਮੈਰਿਡ ਹੋ? ਮੈਂਬਰਸ਼ਿਪ ਦੇ ਦੇ ਫਿਰ ਬੰਦ ਹੋ ਗਿਆ। ਮੈਂ ਵੀਡੀਓ ਸ਼ੇਅਰ ਕਰ ਦਿਓ, ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕੀਤੀ ਆ, ਪਲੀਜ਼ ਸਬਸਕ੍ਰਾਈਬ ਵੀ ਕਰਨਾ ਚੈਨਲ ਨੂੰ ਬਾਈ ਦੇ ਚੈਨਲ ਫੋਨ ਤੋਂ ਕਰਵਾ ਕੇ ਜਾਊਂਗਾ ਮੈਂ, ਤੇ ਆਪਣੀ ਘਰ ਵਾਲੀ ਜ਼ਰੂਰ ਦਿਖਾਉਣਾ ਆ, ਠੀਕ ਹੈ? ਫਿਰ ਮੈਂ ਸ਼ੇਅਰ ਕਰ ਦੂੰਗਾ ਕੋਈ ਯਾਰ, ਤੁਸੀਂ ਜਾਇਓ ਭਾਬੀ ਜੀ ਨੂੰ। ਤੇ ਮੈਂ ਸੱਚੀ ਵਿਆਹ ਹੋਇਓ? ਨਹੀਂ ਨਹੀਂ ਨਹੀਂ। ਗਰਲਫ੍ਰੈਂਡ? ਗਰਲਫ੍ਰੈਂਡ ਹੈ। ਛੱਡ ਗਈ? ਨਹੀਂ ਫਸਿਓ ਨਹੀਂ ਵੀਰੇ, ਕੋਈ ਨਹੀਂ, ਉਹੀ ਤਾਂ ਬਣਾਉਣਾ ਉਹਨੇ ਸ਼ਾਮ ਨੂੰ ਬਣਦੀ ਨਹੀਂ ਵੀਰੇ, ਕਿਆ ਕਰੀਏ। 3v2 ਜੋ ਉਹੀ ਬਣਾਉਣਾ ਉਹਨੇ, ਮਤਲਬ ਬਾਈ ਕੀ ਮਿਲੀ ਨਹੀਂ ਹਲੇ ਤੱਕ ਕੋਈ, ਬਸ ਕਿਆ ਹੀ ਕਰੀਏ, ਕਿਸਮਤ ਇੰਨੀ ਤੇਜ਼ ਹੈ, ਇੰਨੀ ਜਿਹਨੀ ਤੇਜ਼ ਹੁੰਦੀ ਵੀ ਤਾਂ ਨਾਲ ਵੀ ਖੜੀ ਹੋਣੀ ਜਾਵੇ। ਕੋਈ ਨਹੀਂ, ਖੜਾ ਦਿੰਦੇ ਬਾਈ, ਗੱਲ ਕਰਦੇ ਆ, ਐਂ ਤਾਂ ਵੀਰੇ ਮੁੱਲ ਜਿੱਥੇ ਮਰਜ਼ੀ ਲੈ ਕੇ ਖੜਾ ਦੇ, ਐਂ ਤਾਂ ਕੋਈ ਫਾਇਦਾ ਹੀ ਨਹੀਂ। ਨਹੀਂ ਮੁੱਲ ਨਹੀਂ ਬਾਈ, ਫਰੀ ਖੜਾਵਾਂਗੇ। ਨਹੀਂ ਨਹੀਂ, ਬਟ ਇੰਟਰਵਿਊ ਲਈ ਬਸ, ਉਸ ਤੋਂ ਬਾਅਦ ਨਹੀਂ। ਤੇ ਬਾਈ ਕਹਿਣਾ ਕੀ ਚਾਹੁੰਗੇ ਤੁਸੀਂ ਮੈਰਿਜ ਬਾਰੇ, ਕੀ ਆਪਣੇ ਵਿਚਾਰ ਕੀ ਪੇਸ਼ ਰੱਖੋਗੇ ਵੀਰੇ? ਬਾਈ ਕਰਾ ਵੀ ਨਾ, ਕਿਉਂ? ਜਿਹਨੇ ਸੁਖੀ ਬਸਣਾ। ਨਹੀਂ ਕੋਈ ਵਜ੍ਹਾ ਤਾਂ ਹੋਊਗੀ, ਕਿਉਂ? ਕੋਈ ਵਾਰਦਾਤ ਹੋਈ ਹੋਵੇ ਆਪਣੇ ਆਪਣੇ ਤੇ, ਮਤਲਬ ਕੋਈ ਵਾਰਦਾਤ ਤਾਂ ਵੀਰੇ ਬਹੁਤ ਹੋਲੀਆਂ ਹਨ, ਕੋਈ ਕੋਈ ਇੱਕ ਅੱਧੀ ਵਾਰਦਾਤ ਵੀਰੇ ਪੇਸ਼ ਕੀਤੀ ਜਾਵੇ? ਕਿਵੇਂ ਮਤਲਬ? ਕੋਈ ਕੋਈ ਕਹਾਣੀ, ਕੋਈ ਕੁਛ ਵੀਰੇ, ਕੋਈ ਵਾਰਦਾਤ, ਕੋਈ ਛੱਡ ਕੇ ਗਈ, ਕੋਈ ਬਾਹਰ ਚਲੀ ਗਈ, ਕੋਈ ਕਿਤੇ ਚਲੀ ਗਈ, ਕੁਛ? ਬਸ ਵੀਰੇ ਧੋਖੇ ਹੀ ਹੋਏ ਜਿੰਨੇ ਹੋਏ ਆ ਭਾਈ, ਦਰਦ ਮੂੰਹ ਤੇ ਚਲਕ ਰਿਹਾ ਆ ਬਾਈ। ਧੋਖਾ ਹੋਇਆ ਕਿਵੇਂ ਸੀ? ਧੋਖਾ ਕੀ ਹੋਇਆ ਕੀ ਸੀ? ਬਸ ਵੀਰੇ ਛੱਡੋ ਹੁਣ ਤੁਸੀਂ ਰਹਿਣੇ ਨੂੰ, ਇਹ ਦਰਦ ਬਹੁਤ ਡੂੰਘਾ। ਕੈਨੇਡਾ, ਆਸਟ੍ਰੇਲੀਆ, ਯੂਕੇ, ਕਿਹੜਾ ਜੜਾ ਜਗੋਣ ਬੈਠਾ ਬਾਈ? ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਬਾਈ, ਥੈਂਕ ਯੂ ਬਾਈ।